ਪੰਜਾਬ ਚ ਜੇ ਵੀ ਕਈ ਇਲਾਕੇ ਹੜ੍ਹ ਨਾਲ ਪ੍ਰਭਾਵਿਤ ਨੇ ਇਸ ਨੂੰ ਲੈ ਕੇ ਕਪਤਨ ਮੰਤਰੀ ਬ੍ਰਮਸ਼ੰਕਰ ਜਿੰਪਾ ਨਾਲ ਖਾਸ ਗੱਲਬਾਤ ਕੀਤੀ ਗਈ। ਉਹਨਾਂ ਦੱਸਿਆ ਕਿ ਪੰਜਾਬ ਤਸਵੀਰ ਪੰਜ ਗੁਣਾ ਵੱਧ ਮੀਂਹ ਪਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਦੇਗੀ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਸਾਰੇ ਮੰਤਰੀ ਤੇ ਵਿਧਾਇਕ ਸੀਐਮ ਮਾਨ ਦੀ ਅਗਵਾਈ ਚ ਖੁਦ ਫੀਲਡ ਦੇ ਵਿੱਚ ਉੱਤਰ ਕੇ ਜਾਇਜ਼ਾ ਲੈ ਰਹੇ ਨੇ ਤਾਂ ਜੋ ਜਲਦ ਪੰਜਾਬ ਦੇ ਲੋਕਾਂ ਨੂੰ ਰਾਹਤ ਪਹੁੰਚਾਈ ਜਾਵੇ। ਮੌਨਸੂਨ ਦੀ ਸ਼ੁਰੂਆਤ ਦੇ ਵਿੱਚ ਅਸਰ ਉੱਤਰ ਭਾਰਤ ਦੇ ਵਿੱਚ ਕਾਫੀ ਜੋਖੀ ਹਮੀ ਵਿਖਣ ਨੂੰ ਮਿਲਿਆ ਤੇ ਪੰਜਾਬ ਦੇ ਵਿੱਚ ਕਾਫੀ ਨੁਕਸਾਨ ਵੀ ਹੋਇਆ ਤਿੰਨ ਦਿਨ ਦਾ ਮੀਂਹ ਸੀਗਾ ਤਿੰਨ ਦਿਨ ਦੇ ਮੀਂਹ ਨੇ ਕਾਫੀ ਜ਼ਿਆਦਾ ਤਬਾਹੀ ਜੋਕੀ ਪੰਜਾਬ ਦੇ ਵਿੱਚ ਮਚਾਈ ਹਾਲਾਂਕਿ ਇਹੋਡੀ ਸਿਚੁਏਸ਼ਨ ਪੰਜਾਬ ਦੇ ਵਿੱਚ ਪਹਿਲਾਂ ਵੀ ਬਣੀ ਆ ਕੀ ਕਾਰਨ ਕਿਸ ਤਰੀਕੇ ਨਾਲ ਪਾਣੀ ਜੋਕੀ ਪੰਜਾਬ ਦੇ ਵਿੱਚ ਆ ਕੇ ਮਾਰ ਕਰਦਾ ਹੈ ਇਹਨ ਤਮਾਮ ਚੀਜ਼ਾਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਕੈਬਨਟ ਮੰਤਰੀ ਬ੍ਰਹਮਸ਼ੰਕਰ ਜੰਪਾ ਜੀ ਮੌਜੂਦ ਨੇ ਮੰਤਰੀ ਸਾਹਿਬ ਇਹ ਇਹ ਸਿਚੁਏਸ਼ਨ ਪਹਿਲਾਂ ਵੀ ਪੰਜਾਬ ਚ ਹਰ ਵਰਗੀ ਬਣੀ ਆ ਇਸ ਵਾਰੀ ਜੋ ਫੋਰਕਾਸਟ ਸੀਗਾ ਉਸ ਤੋਂ ਜ਼ਿਆਦਾ ਮੀਂਹ ਜੋ ਕੀ ਹੈ ਉਹ ਵੇਖਣ ਨੂੰ ਮਿਲਿਆ ਤਿੰਨ ਦਿਨ ਤੱਕ ਕਾਫੀ ਮੀਂਹ ਸੀਗਾ ਜਿਸ ਦੇ ਕਰਕੇ ਪੰਜਾਬ ਦੀ ਹਾਲਤ ਬਣੀ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਾਂਗੇ ਜਿਹੜਾ ਪੰਜਾਬ ਦੇ ਕਈ 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 ਥਾਵਾਂ ਤੇ ਬੇਸ਼ੱਕ ਜਲੰਧਰ ਲੁਈਆਂ ਜਾਂ ਫਿਰ ਆਪਣੇ ਪਟਿਆਲੇ ਮੁਹਾਲੀ ਇੱਥੇ ਜਿਹੜਾ ਪਾਣੀ ਆ ਕੇ ਵੜਿਆ ਇਹ ਕਿੱਥੋਂ ਆਂਦਾ ਹੈ ਤੇ ਇਹਦਾ ਕਾਰਨ ਕੀ ਹੈ ਸਭ ਤੋਂ ਪਹਿਲਾਂ ਇਹ ਸਵਾਲ ਦੇਖੋ ਵਕ ਵਕ ਅੰਦਾਜ਼ਾ ਮੁਹਾਲੀ ਨੂੰ ਔਰ ਇਹਨੂੰ ਜਿਹੜੀ ਮਾਰ ਪਈ ਹੈ ਕੀ ਮੈਂ ਕਹਿ ਸਕਦਾ ਅ ਖਾਸ ਤੌਰ ਤੇ ਡੇਰਾ ਬੱਸੀ ਦੇ ਏਰੀਆ ਨੂੰ ਜ਼ਿਆਦਾ ਪਈ ਹੈ ਪਟਿਆਲਾ ਰਾਜਪੁਰਾ ਉਥੇ ਟਾਂਗਰੀ ਨਦੀ ਚ ਹੁਣ ਵੀ ਬੜਾ ਪਾਣੀ ਸਪੀਡ ਨਾਲ ਜਾ ਰਿਹਾ ਔਰ ਸਾਰਾ ਇਲਾਕਾ ਕਿਉਂਕਿ ਉਹਨੇ ਤੋੜ ਦਿੱਤਾ ਹੈ ਖੇਤ ਤੋੜ ਕੇ ਪਾਣੀ ਦਾ ਰਸਤਾ ਬਣਾ ਲਿਆ ਔਰ ਉਦੋਂ ਉਦੋਂ ਨਾ ਕੱਗਰ ਨੇ ਤਾਂ ਖੇਤ ਔਰ ਕੱਗਰ ਇੱਕੋ ਜਿਹਾ ਕਰ ਦਿੱਤਾ ਉਦੋਂ ਦੇ ਇਲਾਕੇ ਦੇ ਵਿੱਚ ਸੋ ਇਹ ਬੜਾ ਵੱਡਾ ਡਿਜ਼ਾਸਟਰ ਮੈਂ ਇਹਨੂੰ ਕਹਿ ਸਕਦਾ ਲੇਕਿਨ ਸਰਕਾਰ ਨੇ ਆਪਣੇ ਵੱਲੋਂ ਕੋਈ ਕੋਰ ਕਸਰ ਨਹੀਂ ਛੱਡੀ ਸੀ ਲੋਹੀਆਂ ਦੇ ਇਲਾਕੇ ਨੂੰ ਮੈਂ ਕਹਿ ਸਕਦਾ ਉਧਰੋਂ ਜਿਹੜਾ ਪਾਣੀ ਖਾਸ ਤੌਰ ਤੇ ਬਿਆਸ ਦੇ ਨਾਲ ਲੱਗਦੇ ਇਲਾਕੇ ਨੂੰ ਜਾਂ ਲੋਕਲ ਚੋ ਪੈਂਦੇ ਜਿੰਨੇ ਜਾਂਦੇ ਆ ਇਹ ਇਲਾਕੇ ਦੇ ਨਾਲ-ਨਾਲ ਲੱਗਦੇ ਨਾਲਾ ਲੱਗਦੇ ਉਹਨਾਂ ਦਾ ਨੁਕਸਾਨ ਲੋਹਿਆਂ ਦੇ ਇਲਾਕੇ ਨੂੰ ਜਿਹੜਾ ਹੋਇਆ ਜਿਆਦਾ ਇਲਾਕੇ ਨੂੰ ਹੋਇਆ ਔਰ ਫਰੋਜਪੁਰ ਨੂੰ ਹੁਸੈਨੀਵਾਲਾ ਬਾਰਡਰ ਦੇ ਨਾਲ-ਨਾਲ ਜਿਹੜਾ ਇਲਾਕਾ ਲੱਗਦਾ ਕਿਉਂਕਿ ਪਾਕਿਸਤਾਨ ਦੀ ਬੈਲਟ ਲੱਗਦੀ ਆ ਸੱਤ ਲੋਜੀ ਉਧਰੋਂ ਦੀ ਹੋ ਕੇ ਨਾਲ ਲੰਗਦਾ ਤੇ ਉਹਦਾ ਨੁਕਸਾਨ ਹੋਇਆ ਇੱਦਾਂ ਬਖਵਕ ਏਰੀਆ ਦੇ ਵਿੱਚ ਨੁਕਸਾਨ ਕੀਤਾ ਬਹੁਤ ਵੱਡੀ ਬਰਸਾਤ ਸੀ 662 ਐਮਐਮ ਤੋਂ ਜ਼ਿਆਦਾ ਬਰਸਾਤ ਹੋਈ ਹੈ ਕਦੀ ਮੁਹਾਲੀ ਦੀ ਆਪਾਂ ਗੱਲ ਕਰੀਏ ਇੱਦਾਂ ਬਖਵਕ ਜਿਹੜਾ ਜਿੱਥੇ 100 ਐਮਐਮ ਬਰਸਾਤ ਹੁੰਦੀ ਸੀ ਉਦੋਂ 662 ਤਾਂ ਇਹਦਾ ਮਤਲਬ ਦੀ ਹਿਮਾਚਲ ਦੀ ਬਹੁਤ ਭਾਰੀ ਬਰਸਾਤ ਜਿੱਦੀ ਮਾਰ ਰੋਪੜ ਨੂੰ ਬਹੁਤ ਵੱਡੀ ਮਾਰ ਪਈ ਹੈ ਹੁਣ ਕਿਉਂਕਿ ਪੀਣ ਵਾਲੇ ਪਾਣੀ ਦੀ ਆਪਾਂ ਗੱਲ ਕਰਦੇ ਹਾਂ ਜੋ ਵਾਟਰ ਸਪਲਾਈ ਲੋਕਾਂ ਤੱਕ ਪਹੁੰਚਣੀ ਹੈ ਜੀ ਉਸ ਦੇ ਵਿੱਚ ਵੀ ਬਹੁਤ ਵੱਡਾ ਇਸ ਵਾਰੀ ਨੁਕਸਾਨ ਹੋਦਾ ਹੁੰਦਾ ਬੱਚਾ ਇਹ ਕਿਹਾ ਜਾ ਸਕਦਾ ਕਿਉਂਕਿ ਕਾਫੀ ਏਰੀਆ ਸੀਗੇ ਜੋ ਅਫੈਕਟਡ ਸੀਗੇ ਜੀ ਤੁਹਾਡੇ ਵੱਲੋਂ ਕੀ ਕੁਝ ਦੇਖਿਆ ਗਿਆ ਕਿਉਂਕਿ ਤੁਸੀਂ ਅਸੈਸਮੈਂਟ ਕਰ ਰਹੇ ਹੋ ਪੂਰੀ ਕਿਹੜੇ ਕਿਹੜੇ ਇਹੋ ਜੇ ਵਾਟਰ ਵਰਕਸ ਸੀਗੇ ਜੋ ਕਿ ਅਫੈਕਟ ਹੋ ਸਕਦੇ ਸੀਗੇ ਜੇਕਰ ਉੱਥੇ ਅਫੈਕਟ ਹੁੰਦਾ ਤਾਂ ਉਹਦਾ ਪੰਜਾਬ ਤੇ ਕੀ ਕੁਝ ਇੰਪੈਕਟ ਪੈਣਾ ਸੀਗਾ ਦੇਖੋ ਪਹਿਲੇ 2 ਦਿਨ ਦੀ ਜਿਹੜੀ ਲਗਾਤਾਰ ਬਰਸਾਤ ਸੀ ਔਰ ਮੈਂ ਉਹ ਹੁਸ਼ਿਆਰਪੁਰ ਸੀਗਾ ਹੁਸ਼ਿਆਰਪੁਰ ਦੇ ਵਿੱਚ ਕੁਝ ਲekin ਜਿੱਦਾਂ ਹੀ ਮੈਨੂੰ ਇਹ ਪਤਾ ਲੱਗਾ ਸਾਡੇ ਐਚਓਡੀ ਸਾਹਿਬ ਉਥੇ ਕਦੋਲੀ ਹੈਡਵਰਕਸ ਪੈਂਦਾ ਜਿੱਥੋਂ ਤਕਰੀਬਨ 12 ਲੱਖ ਲੋਕਾਂ ਨੂੰ ਪਾਣੀ ਮਿਲਦਾ ਜੇ ਤੇ ਚੰਡੀਮੰਦਰ ਗਮਾੜਾ ਮੋਹਾਲੀ ਚੰਡੀਗੜ੍ਹ ਸਾਰਿਆਂ ਨੂੰ ਪਾਣੀ ਮਿਲਦਾ ਔਰ 80 ਕਰੋੜ ਲੀਟਰ ਤੋਂ ਜ਼ਿਆਦਾ ਪਾਣੀ ਉਥੋਂ ਨਿਕਲ ਕੇ ਬਾਕੀ ਜਗ੍ਹਾ ਤੇ ਪਹੁੰਚ ਕੇ ਸਾਫ਼ ਕਰਕੇ ਲੋਕਾਂ ਨੂੰ ਦਿੱਤਾ ਜਾਂਦਾ ਪੀਣ ਵਾਲੇ ਲਈ ਬਣਾ ਕੇ ਜੋਗਿਆ ਸੋ ਉਹਦਾ ਸਾਨੂੰ ਪਤਾ ਲੱਗਾ ਉਥੇ ਬਹੁਤ ਵੱਡਾ ਫਲੱਡ ਆਨਦਾ ਨਿਸ਼ਾ ਸੀਗਾ ਤੇ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਸੀ ਲੇਕਿਨ ਸਾਡੇ ਸਾਰੇ ਅਧਿਕਾਰੀ ਇਹ ਡਿਪਟੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਉਪਰ ਦੇ ਐਸਐਸਪੀ ਸਾਹਿਬ ਸਾਰੇ ਸਾਡੇ ਦੇ ਵਾਟਰ ਸਪਲਾਈ ਦੇ ਅਧਿਕਾਰੀ ਉੱਥੇ ਮੌਜੂਦ ਸਿਗੇ ਅਸੀਂ ਉਹਨੂੰ ਫਲੱਡ ਨੂੰ ਰੋਕ ਕੇ ਮੂਰੀਆਂ ਰਾਤੋਂ ਰਾਤ ਲਵਾ ਕੇ ਔਰ ਜਿਹੜੀਆਂ ਪਾਈਪਾਂ ਕੋ ਟੁੱਟੀਆਂ ਸੀਗੀਆਂ ਰਾਤੋਂ ਰਾਤ ਸਾਢੇ 3 ਵਜੇ ਤੱਕ ਵੀ ਅਧਿਕਾਰੀ ਲੱਗੇ ਰਹੇ ਆ ਤੇ ਉਹਦੇ ਅਸੀਂ ਬੜੀ ਕਾਮਯਾਬੀ ਸਾਡੀ ਵਾਟਰ ਸਪਲਾਈ ਦਾ 300 ਤੋਂ 350 ਤੋਂ ਜ਼ਿਆਦਾ ਟਿਊਬਲ ਜਿਹੜੇ ਆ ਉਹ ਬਾਟਰ ਉਹਦੇ ਆ ਗਿਆ ਥੱਲੇ ਗਰਾਊਂਡ ਦੇ ਵਿੱਚ ਪਾਣੀ ਚਲਾ ਗਿਆ ਉੱਥੇ لیکن ਸਾਡੇ ਡਿਪਾਰਟਮੈਂਟ ਨੇ ਹੁਣ ਤੱਕ तकरीबन 250 300 ਤੋਂ ਜ਼ਿਆਦਾ ਉਹਨਾਂ ਨੂੰ ਦੁਬਾਰਾ ਬਹਾਲ ਕੀਤਾ ਹੈ ਹੁਣ ਕਿਉਂਕਿ ਪਾਣੀ ਵੀ ਉਤਰ ਚੁੱਕਿਆ ਹੈ ਲਗਭਗ 2-3 ਦਿਨ ਇਹੋ ਜੇ ਗਏ ਜਿਸ ਦੇ ਵਿੱਚ ਮੀਂਹ ਹੀ ਪਿਆ ਤਾਂ ਹੁਣ ਕਿਉਂਕਿ ਪਾਣੀ ਉਤਰਿਆ ਉਸ ਤੋਂ ਬਾਅਦ ਅਸੈਸਮੈਂਟ ਵੀ ਹੁੰਦੀ ਹੈ ਕਿਸ ਤਰੀਕੇ ਦੇ ਅਸੈਸਮੈਂਟ ਜੋ ਕਿ ਸਰਕਾਰ ਵੱਲੋਂ ਹਰ ਤੱਕ ਨੁਕਸਾਨ ਨੂੰ ਲੈ ਕੇ ਕੀਤੀ ਗਈ ਹੈ ਦੇਖੋ ਸਰਕਾਰ ਨੇ तकरीबन 22000 ਤੋਂ ਜ਼ਿਆਦਾ ਲੋਕਾਂ ਨੂੰ ਸੇਫ ਥਾਂਾਂ ਵਿੱਚ ਲੈ ਕੇ ਗਿਆ ਰਿਲੀਫ ਕੈਂਪ ਕੀਤੇ ਦਵਾਈਆਂ ਲਈ 50000 ਤੋਂ ਜ਼ਿਆਦਾ ਜਿਹੜੇ ਹੈਗੇ ਆ ਫੂਡ ਪੈਕੇਟ ਲੋਕਾਂ ਨੂੰ ਵੰਡੇ ਗਏ ਆ ਜਿਹੜੇ ਜਿਹੜੇ ਇਲਾਕੇ ਜਿਆਦਾ ਅ ਮਾਰਪਈਆ ਪਾਣੀ ਦੀ ਸਾਰਾ ਜਿਹੜਾ ਤੁਹਾਨੂੰ ਦੱਸਿਆ ਜਿੱਦਾਂ ਕਿ ਆਪਾਂ ਜਾ ਕੇ ਆਏ ਆ ਇਲਾਕੇ ਦੇ ਵਿੱਚ ਬਹੁਤ ਬੜੀ ਮਾਰਪਈਆ ਲਾਲਰੂ ਦੇ ਨਾਲ-ਨਾਲ ਲੱਗਦੇ ਇਲਾਕੇ ਦੇ ਵਿੱਚ ਛੱਦਰ ਦੇ ਨਾਲ ਟੰਗਰੀ ਦਰਦੀ ਦੇ ਨਾਲ ਬਹੁਤ ਜ਼ਿਆਦਾ ਲੋਕਾਂ ਦਾ ਫਸਲ ਦਾ ਨੁਕਸਾਨ ਨਹੀਂ ਹੈ ਜ਼ਮੀਨ ਦਾ ਹੀ ਨੁਕਸਾਨ ਹੋ ਗਿਆ 올ਓਵਰ ਕਿੰਨੇ ਕੁ ਪਿੰਡ ਇਹੋ ਜਿਹੇ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਨੁਕਸਾਨ ਹੋਇਆ ਤਕਰੀਬਨ ਇਸ ਵੇਲੇ 1200 ਦੇ ਕਰੀਬ ਤਾਂ ਪਿੰਡ ਜਿਹੜੇ ਮੋਸਟ ਅਫੈਕਟਡ ਹੈਗੇ ਆ ਬਾਕੀ ਜਿਹੜੇ ਸਾਹਮਣੇ ਆਊਗੀ ਰਿਪੋਰਟ ਪਾਣੀ ਉੱਤਰਨ ਤੋਂ ਬਾਅਦ ਕੱਲ ਨੂੰ ਸਰਕਾਰੀ ਰਿਪੋਰਟ ਆਉਣ ਤੋਂ ਬਾਅਦ ਤੇ ਫਿਰ ਐਕਚੁਅਲ ਪੋਜੀਸ਼ਨ ਪਤਾ ਲੱਗੂਗੀ ਅੱਗੇ ਤੋਂ ਕਿਉਂਕਿ ਜੋ ਸਿਚੁਏਸ਼ਨ ਇਸ ਵਾਰੀ ਵੇਖਣ ਨੂੰ ਮਿਲੀ ਹਾਲਾਂਕਿ ਚਲੋ ਇਹ ਵੀ ਕਹਾ ਜਾ ਸਕਦਾ ਕਿ ਮੀਂਹ ਕੁਝ ਜ਼ਿਆਦਾ ਹੀ ਸੀਗਾ ਲੇਕਿਨ ਫਿਰ ਵੀ ਇੱਕ ਗਰਦਰਿਆਤੋਂ ਹਮੇਸ਼ਾ ਹੀ ਨੁਕਸਾਨ ਹੁੰਦਾ ਅੱਗੇ ਤੋਂ ਇਹ ਨੁਕਸਾਨ ਨਾ ਹੋਏ ਉਸ ਦੇ ਲਈ ਸਰਕਾਰ ਹੁਣ ਕੀ ਕੁਝ ਕਰਨ ਜਾ ਰਹੀ ਹੈ ਉਹਦੇ ਲਈ ਸਾਡੇ ਅੱਜ ਇਰੀਗੇਸ਼ਨ ਦੇ ਮਿਨਿਸਟਰ ਸਾਹਿਬ ਵੀ ਦੌਰਾ ਕਰਕੇ ਆਏ ਆ ਗੱਗੜਦਾ ਦੇ ਡੈਫੀਨੇਟਲੀ ਆ ਗਿੱਟਡ ਅ ਪੁਆਇੰਟ ਬਹੁਤ ਕਮਜ਼ੋਰ ਸੀਗੇ ਜਿੱਥੇ ਘੱਗਰ ਨੇ ਵੱਡੀ ਮਾਰ ਕੀਤੀ ਆ ਉਹਨਾਂ ਪੁਆਇੰਟਾਂ ਨੂੰ ਉੱਥੇ ਬੰਨ੍ਹ ਲਾ ਕੇ ਪੱਥਰ ਦਾ ਜਾਲ ਪਾ ਕੇ ਉਹਨਾਂ ਨੂੰ ਪੁਖਤਾ ਬਣਾਇਆ ਜਾਏਗਾ ਕੈਮਰਾਮੈਨ ਪ੍ਰਵੀਨ ਦੇ ਨਾਲ ਅਨਮੋਲ ਸਿੰਘ ਗੁਲਾਟੀ ਜ਼ੀ ਮੀਡੀਆ ਚੰਡੀਗੜ੍ਹ